ये थोड़ा संगदा है बंदा, क्योंकि इधर ब्रेकअप नहीं होया ना जी। पेपर कल स्कूल कॉलेज वाले नहीं लेंदे, पेपर जिंदगी भी लेंदी है। स्कूल कॉलेज वाले पेपरों चो फेल हो के बहुता फर्क नहीं पैंदा, पर जिहड़ा बंदा जिंदगी वाले पेपर चो फेल हो जाता है वह लावा बन जाता है, तो पूरी दुनिया नू अपने अंदर भस्म करन दी पावर रखता है। अज अपना पेपर है फिजिक्स का, इलैक्ट्रॉनिक्स बड़ी बोरिंग लगती है मैं फिजिक्स, चलो पेपर है तो देना पेगा। पेपर हॉल से तुम जमा सिंपल बन के जाओ, जमा देसी जी, तो एग्जामीनर है जो उन्हें लगे भी ये पढ़ने वाला बंदा है। मैं तो एक्टर बनया फिर फुलों वाली शर्ट पाई फिर, जो गाना नहीं है कोठे कोठे आ जी मैं तेरा, मेरे उत्ते फुलों वाली रजाई होंगी है, मैं बनया फिर हीरो। मैं ब्रेकफास्ट ज कुछ नहीं खाना, बस दही खा के जाऊँगा। पेपर तो पहला दही तो केला खाना चाहिए, मैं फस्ट टाइम ट्राई कर रहा, बंदा नर्वस नहीं होता पेपर टाइम। दही खा ली मैं तो पेपर घरें बैठ के हों हों तो सारे दुनिया ही टॉप कर जाती, पेपर देने वास्ते एग्जाम हॉल च जाना पैंदा। चलो चलते हैं, जदों तुसी किसी थान ते बार बार जाने हो तो उस थान नाल भी एक दोस्ती वाला रिलेशन बन जाता है, जो सन वाले रिलेशन नालों बहुत ज़्यादा स्ट्रोंग होंदा है। इस पार्किंग नाल भी मेरा कुछ एवें दा ही रिलेशन है, मैं इत्थे 4 सालों तो अप डाउन कर रहा। परसनल व्हीकल नालों पब्लिक ट्रांसपोर्ट च सफ़र करना ज़्यादा बैटर रहिंदा, क्योंकि उस नाल जिंदगी दा प्रैक्टिकल एक्सपीरियंस होर ज़्यादा बढ़ जाता है। तो आप कर रहे हैं वेट बस स्टैंड ते बस का। हर चीज़ हर इंसान दुनिया च किसी ना किसी चीज़ का इंतजार कर रहा है, मैं बस का इंतजार नहीं, बस मेरा इंतजार करती आ रही थी। कई गल्लां दे कोई मतलब नहीं होंदे, वो तां भी वधिया लगदियां ने, जिवें मैं सिर्फ मिट्टी हाँ। ਸਤਾਖੀ ਲਈ ਮਾਫ਼ੀ ਚਾਹੁੰਦਾ, ਮੈਂ ਤੁਹਾਨੂੰ 40 ਦੀ ਸਪੀਡ 'ਤੇ ਬੜੀ ਤੇਜ਼ ਜਾਂਦੀ ਬੱਸ 'ਚੋਂ ਲਾ ਲਿਆ, ਕਿਉਂਕਿ ਪ੍ਰਾਈਵੇਟ ਬੱਸਾਂ ਦੌੜਦੀਆਂ ਨਹੀਂ ਚੱਲਦੀਆਂ ਨੇ। ਚਲੋ ਅੱਗੇ ਕਰਦੇ ਹਾਂ ਸਫ਼ਰ। ਇਹ ਮਿਲ ਗਿਆ ਆਪਣਾ ਸਬਸਕ੍ਰਾਈਬਰ ਹੈ ਬੱਸ 'ਚ, ਆਪਣੇ ਏਰੀਏ ਦਾ ਬੰਦਾ, ਸਾਡੀ ਏਰੀਏ ਦਾ। ਪਹੁੰਚ ਗਏ ਆਪਾਂ ਪਰੌਂਠੇ ਖਾ ਲਈਏ, ਪੇਪਰ ਤੋਂ ਪਹਿਲਾਂ ਕੁਛ ਖਾ ਕੇ ਦਾਈ ਨਹੀਂ ਕਰੇ। ਸੋਹਣਾ ਮੁੰਡਾ ਆ ਗਿਆ ਆਪਣਾ ਯਾਰ। ਜਿਹਨੇ ਬਾਰਾ ਜਾਉਂ ਤੇ ਆ ਕੇ ਪਟਿਆਲੇ ਪਰੌਂਠੇ ਨਹੀਂ ਖਾਏ, ਉਹਨੇ ਪਟਿਆਲੇ ਆ ਕੇ ਕੁਛ ਵੀ ਨਹੀਂ ਖਾਇਆ, ਸਭ ਤੋਂ ਸਿਰਾ ਪਰੌਂਠੇ ਨੇ ਬਾਰਾ ਜਾਉਂ ਤੇ। ਰੋਜ਼ ਹੀ ਖਾਇਆ ਕਰਦੇ ਅਸੀਂ, ਯਾਦਾਂ ਤਾਜ਼ੀਆਂ ਕਰ ਲੈਂਦੇ। ਸੰਗਦਾ ਅਸੀਂ ਫਰਾਰੀ 'ਚ ਬੈਠ ਗਏ ਕਾਲਜ ਨੂੰ ਜਾਣ ਵਾਸਤੇ। ਇਹ ਫਰਾਰੀ ਪਹਿਲਾਂ ਪ੍ਰੀ ਆਰਡਰ 'ਤੇ ਬੁੱਕ ਕਰਨੀ ਪੈਂਦੀ ਹੈ, ਇਹ ਥੋੜ੍ਹਾ ਜਿਹਾ ਬਿਜ਼ੀ ਹੈ ਬੰਦਾ। ਬੱਸ 'ਚ ਉਤਰ ਕੇ ਫਿਰ ਪਰੌਂਠੇ ਖਾ ਕੇ ਆਰਡਰ ਲੈ ਕੇ ਕਾਲਜ 'ਚ ਪਹੁੰਚ ਗਏ ਅਸੀਂ। ਹਰ ਬੰਦੇ ਦੀ ਜ਼ਿੰਦਗੀ 'ਚ ਯਾਰ ਹੁੰਦੇ ਨੇ, ਅਤੇ ਹੁਣ ਲੰਗੌੜ ਇਕੱਠੀ ਕਰਨ ਦਾ ਕੋਈ ਫਾਇਦਾ ਨਹੀਂ, ਖੜ੍ਹਨ ਵਾਲੇ ਦੋ ਚਾਰ ਹੀ ਹੁੰਦੇ ਨੇ, ਅਤੇ ਯਾਰ ਗਰੁੱਪ ਜਿਹੜਾ ਕਈ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਨੇ ਹਰ ਗਰੁੱਪ 'ਚ ਬੰਦੇ। ਮੇਰੇ ਵਾਲੇ ਯਾਰ ਤਾਂ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ, ਮਹਾਂ ਇੰਟੈਲੀਜੈਂਟ, ਓਵਰ ਥਿੰਕਿੰਗ ਵਾਲੇ, ਜਿਵੇਂ ਉਹ ਫਿਲਮ ਹੈ ਨਾ 2021 ਉਹ ਸੁਨਾਮੀ ਆ ਜਾਂਦੀ ਹੈ ਵੀ ਖਤਮ ਹੋ ਜੂਗੀ ਦੁਨੀਆ, ਜਿਹਨੇ ਸਾਰਾ ਇੰਡੀਆ ਡਰਾਤਾ ਸੀ, ਉਵੇਂ ਨੇ ਡਰਾ ਦਿੰਦੇ ਨੇ ਬੰਦਿਆਂ ਨੂੰ ਗੱਲਾਂ ਗੱਲਾਂ 'ਚ। ਕਿਉਂ ਸਿੱਪੀ ਹੋਏ? ਬਾਕੀ ਮੁੰਡਾ ਬਹੁਤ ਜ਼ਿਆਦਾ ਸੋਹਣਾ, ਮੈਂ ਝੂਠ ਨਹੀਂ ਬੋਲਦਾ। ਇਹ ਹੈ ਲਾਰੈਂਸ ਗਿੱਲ, ਸਾਡੇ ਕਾਲਜ ਦਾ ਬਹੁਤ ਵਧੀਆ ਬੰਦਾ ਹੈ, ਅੱਜ ਵਾਚਮੈਨ ਅੰਕਲ ਆਏ ਨਹੀਂ, ਇਹ ਆਪ ਹੀ ਲੱਗ ਰਿਹਾ ਸਮਾਜ ਸੇਵੀ ਬੰਦਾ। ਪੜਾਕੂ ਆ ਗਏ ਸਾਡੇ, ਕਿੱਟਾ ਪਾਈ ਜਾਂਦਾ। ਜਿਹਨੇ ਕਾਲਜ 'ਚ ਆ ਕੇ ਚਾਹ ਨਹੀਂ ਪੀ ਉਹਨੇ ਕੁਛ ਵੀ ਨਹੀਂ ਕਰਿਆ, ਡੁੱਲੂ ਪਰ ਪੀਤੀਆਂ ਟੱਤੀਆਂ ਜਾਮ, ਉਹ ਤਾਂ ਮੋਟਰ ਦੇ ਪੀਤੀਆਂ ਨੇ, ਮੈਂ ਪਰੌਂਠੇ ਖਾਇਆ ਤਾਂ ਕਰਕੇ ਮੈਂ ਪੀਤੀ ਨਹੀਂ। ਟੋਪਰ ਆ ਗਿਆ, ਮੀਟ ਟੋਪਰ, ਇਹ ਟੋਪ ਕਰੂਗਾ ਇਸ ਵਾਰ ਡਿਗਰੀ 'ਚ ਪੱਕਾ। ਕਾਲਜ ਸ਼ਬਦ ਦੇ ਮਤਬਲ ਬਹੁਤ ਨੇ, ਨਜ਼ਰੀਏ ਦੇ ਅਕੋਰਡਿੰਗ ਇਹ ਚੇਂਜ ਹੁੰਦੇ ਰਹਿੰਦੇ ਨੇ। ਇੱਕ ਪੜਾਕੂ ਵਾਸਤੇ ਕਾਲਜ ਵਿੱਦਿਆ ਦਾ ਮੰਦਿਰ ਹੈ, ਇੱਕ ਆਸ਼ਕ ਵਾਸਤੇ ਜੰਨਤ ਹੈ, ਅਤੇ ਟੀਚਰਸ ਅਤੇ ਸਟਾਫ ਲਈ ਰੁਜ਼ਗਾਰ ਦਾ ਸਾਧਨ। ਮੇਰੇ ਲਈ ਕਾਲਜ ਇੱਕ ਕਬਰ ਹੈ, ਜਿੱਥੇ ਪਤਾ ਨਹੀਂ ਕਿੰਨਿਆਂ ਦੇ ਦਿਲ ਟੁੱਟ ਕੇ ਦੱਬ ਗਏ, ਅਤੇ ਸ਼ੁਰੂਆਤ 'ਚ ਆ ਕੇ ਹਰ ਕਿਸੇ ਦੀ ਜ਼ਿੰਦਗੀ 'ਚ ਪਿਆਰ ਹੁੰਦਾ ਹੈ, ਅਤੇ ਐਂਡ ਜਾ ਕੇ ਉਹ ਦਿਲ ਟੁੱਟ ਜਾਂਦਾ ਹੈ। ਪਤਾ ਨਹੀਂ ਕਿੰਨੇ ਮਿਰਜ਼ੇ ਸਾਹਿਬਾਨ ਦੇ ਕਿੱਸੇ ਇਸ ਕਾਲਜ ਦੀ ਮਿੱਟੀ 'ਚ ਦਫ਼ਨ ਹੋ ਗਏ, ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ, ਉਹਨਾਂ 'ਚੋਂ ਮੈਂ ਵੀ ਇੱਕ ਹਾਂ। ਸੋਚਦੀ ਹੋਊਗੀ ਬਰਬਾਦ ਹੋ ਗਿਆ, ਹੋ ਕੀ ਜਾਣੇ ਪੰਛੀ ਆਜ਼ਾਦ ਹੋ ਗਿਆ। ਬੀਬੀ ਧੀਰੇ ਵਾਸਤੇ ਦਵਾਵਾਂ ਕਰੋ ਬਾਈ ਦੇ ਸੱਟ ਲੱਗੀ,
ਫਿਰ ਵੀ ਪੇਪਰ ਦੇਣ ਆ ਰਿਹਾ ਜਜ਼ਬਾ ਡਿਗਰੀ ਲੈਣ ਦਾ। ਟੋਇਲਟ ਕਾਲਜ ਦੀ ਇੱਕ ਐਸੀ ਮਾਨ ਜਗ੍ਹਾ ਜੋ ਬਾਥਰੂਮ ਕਰਨ ਨਾਲੋਂ ਜ਼ਿਆਦਾ ਪਰਚੀਆਂ ਲਗਾਉਣ ਲਈ ਵਰਤੀ ਜਾਂਦੀ ਹੈ। ਜਵਾਕ ਸ਼ੀਸ਼ੇ 'ਚ ਫੇਸ ਹੇਅਰ ਸਟਾਈਲ ਨਹੀਂ ਦੇਖਦੇ, ਸਿੱਧਾ ਆਪਣਾ ਬ੍ਰਾਈਟ ਫਿਊਚਰ ਦੇਖਦੇ ਨੇ। ਜਿਹੜਾ ਐਗਜ਼ਾਮ ਹਾਲ 'ਚ ਜਾ ਕੇ ਟਿਕ ਟੋਕ ਵਾਂਗੂ ਟਾਈਮ ਮਸ਼ੀਨ ਵਾਂਗੂ ਦੱਸੂਗਾ ਕੀ ਬਣੂਗਾ ਪੇਪਰ 'ਚ। ਪੇਪਰ ਦਾ ਟਾਈਮ ਆ ਗਿਆ, ਪੇਪਰ ਦੇਣ ਜਾਂਦੇ ਹਾਂ, 9:30 ਹੋ ਗਏ ਬਸ। 3 hours later ਪੇਪਰ ਹੋ ਗਿਆ, ਵਧੀਆ ਹੋ ਗਿਆ। ਜੇ ਪੇਪਰ ਮਾੜਾ ਵੀ ਹੋ ਗਿਆ ਮੈਂ ਕਦੇ ਨਹੀਂ ਕਹਿੰਦਾ ਵੀ ਮਾੜਾ ਹੋਇਆ, ਕਿਉਂਕਿ ਮਾੜਾ ਕਹਿਣ ਨਾਲ ਕਿਹੜਾ ਵਧੀਆ ਹੋ ਜਾਊਗਾ, ਕੌਨਫੀਡੈਂਸ ਹੋ ਗਿਆ। ਕਿਉਂ ਮਲਕੀ ਦਾ ਸਹੀ ਗੱਲ ਹੈ, ਜਾ ਰਹੀ ਹੈ ਯੂਨੀਵਰਸਿਟੀ, ਇਹਨਾਂ ਨੇ ਪੰਗਾ ਪਾਤਾ ਯਾਰ। ਇਹ ਆ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਹੈ ਇਹਦਾ ਚਰਿੱਤਰ ਹੈ ਕਾਲਾ। ਕਿਉਂ ਮਲਕੀ ਤੋਏ, ਇਹ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹਦੇ ਨਾਲ ਸਾਡਾ ਪਿਆਰ ਹੈ ਬਾਹਲਾ, ਕਦੇ ਸਫਲੀਆਂ ਵਾਸਤੇ ਕਦੇ ਰਿਵੈਲੂਏਸ਼ਨਾਂ ਵਾਸਤੇ ਇਹਨੇ ਸਾਡਾ ਇਖਲਾਕ ਕਰਤਾ ਕਾਲਾ। ਠੰਡ ਕਿਉਂਕਿ ਲੰਚ ਟਾਈਮ ਹੋ ਗਿਆ, ਹੁਣ ਘੰਟਾ ਵੇਟ ਕਰਨੀ ਪਊਗੀ। ਇਹ ਮੇਰੇ ਨਾਲ ਸਕੂਲ ਵਾਲਾ ਯਾਰ ਮੇਰਾ ਮਲਕੀਤ ਨੈਣ, ਮੈਂ ਜਾਣਾ ਸੀ ਘਰੇ ਪੇਪਰ ਦੇ ਕੇ, ਇਹ ਪੰਗਾ ਪੈ ਗਿਆ ਪੇਪਰ 'ਚ। ਇੱਕ ਐਬਸੈਂਟ ਲਾ ਰਹੀ ਉਹਨਾਂ ਨੇ ਇੱਕ ਪੇਪਰ 'ਚ, ਪੇਪਰ ਤਾਂ ਮੈਂ ਦੇ ਕੇ ਗਿਆ ਸੀ ਪਹਿਲਾਂ ਲਾਸਟ ਸੈਮ 'ਚ, ਠੀਕ ਹੈ। ਇਹ ਥੋੜ੍ਹਾ ਸੰਗਦਾ ਬੰਦਾ, ਕਿਉਂਕਿ ਇਹਦਾ ਬ੍ਰੇਕਅਪ ਨਹੀਂ ਹੋਇਆ ਨਾ ਜੀ। ਲਾਟੂ ਤੇਰਿਆਂ ਨੈਣਾਂ ਦੇ ਘੁੰਮ ਕੇ ਇੱਕ ਸਾਡੀ ਨਾਲ ਖੇਂਦੇ, ਚੱਕ ਸਸਤੇ ਕਰਦੇ ਨੀ ਦਰਸ਼ਨ ਹੁਣ ਮਿੱਤਰਾਂ ਨੇ ਮਹਿੰਗੇ, ਚੱਕ ਸਸਤੇ ਕਰਦੇ ਨੀ ਦਰਸ਼ਨ ਹੁਣ ਮਿੱਤਰਾਂ ਨੇ ਮਹਿੰਗੇ। 2 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਅਸੀਂ ਜਾ ਰਹੇ ਹਾਂ ਐਡਮਿਨਿਸਟ੍ਰੇਸ਼ਨ। ਕਿਉਂ ਮਲਕੀਤ ਹੋਏ, ਸਹੀ ਗੱਲ ਹੈ ਵੀਰੇ, ਡੰਗਾ ਪੜਾਕਾ ਕੋਈ ਅਮਰ ਬੇਲ ਨੀ ਸੁੱਟੀ ਦੀ ਪੱਲਿਆਰੀ ਬੂਟੇ ਦੇ, ਪੁੱਤ ਕਹੇ ਦਾ ਲਾਈ ਇਹਨਾਂ ਸੁਲਫੇ ਸੁੱਟੇ ਦੇ ਤੇ ਖਤਮ ਕਰ ਦੂਗੀ ਸਾਰੇ ਬੂਟੇ ਨੂੰ। ਆਪਣਾ ਕੰਮ ਹੋ ਗਿਆ ਤੇ ਆਪਾਂ ਮੈਚ ਚੋਂ ਪਾਸ ਆ, ਕੱਲ ਨੂੰ ਆਪਾਂ ਇਹਨਾਂ ਦੇ ਕਲੇਮ ਕਰ ਸਕਦੇ। ਆਹ ਦੇਖੋ ਪ੍ਰੂਫ ਲੈ ਆ ਹੁਣ ਆਪਾਂ, ਤੇ ਕੱਲ ਨੂੰ 3-5 ਕਰਨਗੇ ਯੂਨੀਵਰਸਿਟੀ ਵਾਲੇ, ਇਹਨਾਂ ਦੇ ਕੇਸ ਕਰ ਦਾਂਗੇ ਸਿੱਧਾ। ਕਿਉਂ ਮਲਕੀਤ ਇਹ ਯੂਨੀਵਰਸਿਟੀ ਵਾਲੇ ਨਾ, ਪੰਜਾਬੀ ਯੂਨੀਵਰਸਿਟੀ ਵਾਲੇ ਦੁਬਾਰੇ ਸੰਗਲ ਪਾਉਣ ਨੂੰ ਫਿਰਦੇ ਸੀ ਮੇਰੇ, ਮੈਂ ਖਿਲਾ ਲਿਆ ਮਸਾਂ ਖੜਾ ਜੈਪਰੇ ਚ ਦੁਬਾਰੇ ਫਸਾਉਣ ਨੂੰ ਫਿਰਦੇ ਸੀ ਮੈਚ। ਇਹ ਕਾਲਜ ਦਾ ਕੋਰੀਡੋਰ ਹੈ, ਮੈਂ ਯੂਨੀਵਰਸਿਟੀ ਗਿਆ ਸੀ ਇਹਦੀ ਬਾਈਕ ਲੈ ਕੇ ਗਿਆ ਸੀ, ਤਾਂ ਯੂਨੀਵਰਸਿਟੀ ਤੋਂ ਇਹਨੂੰ ਬਾਈਕ ਵਾਪਸ ਕਰਨ ਵਾਪਸ ਆਏ ਸੀ, ਇਹਨੂੰ ਫੋਨ ਕਰੀ ਗਿਆ ਤਾਂ ਪਤਿੰਦਰ ਵਾਰੀ ਵਾਰੀ ਵੀ ਕਿਤੇ ਪਿੰਡੇ ਨਾਲ ਲੰਘ ਜੇ ਲੈ ਕੇ, ਹੈ ਵੇ ਲਾਰੈਂਸ ਡਰ ਲੱਗਦਾ। ਨਹੀਂ ਜਾ ਰਿਹਾ ਮੈਂ ਘਰਾਂ ਨੂੰ, ਤੇ ਹੈ ਪੇਪਰ ਤੇ ਤੁਹਾਡਾ ਯਾਰ ਹੈ ਕ੍ਰੀਏਟਰ। ਜੇ ਬਲੌਗ ਵਧੀਆ ਲੱਗਿਆ ਲਾਈਕ ਕਰੀਓ, ਸ਼ੇਅਰ ਕਰੀਓ, ਜੇ ਨਵੇਂ ਆ ਗਏ ਚੈਨਲ ਸਬਸਕ੍ਰਾਈਬ ਕਰੀਓ।